ਹਾਂਜੀ ਸਵਾਗਤ ਆ ਦੋਸਤੋ ਜੀਤਾ ਸਟੱਡ ਫਾਰਮ YouTube ਚੈਨਲ ਤੇ ਤੇ Facebook ਪੇਜ ਉੱਤੇ ਦੋਸਤੋ ਅੱਜ ਤੁਹਾਡੇ ਲਈ ਨਵਾਂ माल ਲੈ ਆਏ ਆ ਤੇ ਉਸ ਦੀ ਅਨਲੋਡਿੰਗ ਦੀ ਵੀਡੀਓ ਪਾਉਣੀ ਆ ਤੇ ਜੁੜੇ ਰਹੋ ਵੀਡੀਓ ਨਾਲ ਤੇ ਦਿਨਿਆਂ ਨਾਲ ਦੇ ਨਾਲ ਬੇਰਵਾ ਦੋਸਤੋ ਇਹ ਛੋਟੀਆਂ-ਛੋਟੀਆਂ ਬਸ਼ੀਰੀਆਂ ਜੀ ਜਿਹੜੀ ਸਭ ਤੋਂ ਮੂਰੇ ਆਉਂਦੀ ਉਹਦੇ ਸਿਰਫ ਮੱਥੇ ਪਟਾ ਤੇ ਹੁਣ ਆ ਰਹੀਏ ਦੂਸਰੀ ਮੱਥੇ ਪਟਾ ਦੋ ਪਰ ਚਟਟਾਂ ਵਾਲੀ ਹਨ ਜਿਵੇਂ ਤੁਹਾਨੂੰ ਮਾਰਕੀਟ ਤੇ ਆਪ ਹੀ ਦੇਖ ਲੈਣ ਛੋਟੀ-ਛੋਟੀ ਆ ਤਾਂ ਉਮਰ ਦੀਆਂ ਸਾਢੇ 3-4-3 ਮਹੀਨੇ ਆ ਕਿ ਨਵੇਂ ਨਵੀਆਂ ਦੁੱਧੋਂ ਟਟੀਆਂ ਹੀ ਆ ਹਜੇ ਇੱਕ ਸਫਰ ਲੰਮੇ ਦੀ ਵਜ੍ਹਾ ਨਾਲ ਜਾਣ ਬਰੌਣ ਦਾ ਟਾਈਮ ਆ ਰਹੀ ਜਾਂਦਾ ਤੇ ਇਹਨਾਂ ਸੂਟੀਆਂ ਬੱਚਿਆਂ ਦੀ ਤਾਂ ਆਪਾਂ ਹੌਲੀ-ਹੌਲੀ ਟਿਕਾ ਕੇ 5-10 ਦਿਨਾਂ ਤੇ ਸੈਟਿੰਗ ਹੋਈਆਂ ਤੇ ਵੀਡੀਓ ਪਾਵਾਂਗੇ ਜੇ ਕਿਸੇ ਵੀਰ ਦੇ ਪਹਿਲਾਂ ਵੀ ਚੱਲਦੀ ਹੋਈ ਤਾਂ ਪਹਿਲਾਂ ਵੀ ਆਪਣੇ ਨਾਲ رابطہ ਕਰ ਸਕਦਾ ਤੇ ਇਹ ਆ ਜੀ ਪੰਜ ਕਲੈਨ ਬਸ਼ੀਰੀ ਉਮਰ ਸਾਢੇ ਪੰਜ 6 ਮਹੀਨੇ ਹੈਗੇ ਜੀ ਇਸ ਦੀ ਤੇ ਕੰਨ ਕੰਡੀਸ਼ਨ ਦੀ ਚੰਗੀ ਆ ਬੱਚੀ ਤੇ ਜਾਨਵਰ ਤਕਰੀਬਨ ਆਪਣੇ ਫਾਰਮ ਤੇ ਕਾਫੀ ਖੜੇ ਆ ਜੀ ਨਾਲ ਦੀ ਨਾਲ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਪਵਾਵਾਂਗੇ ਤੇ ਇਹ ਬੱਚੀ ਵੀ ਬਹੁਤ ਸੁਨੱਖੀ ਬੱਚੀ ਹੈ ਕੰਨ ਕੰਡੀਸ਼ਨ ਬਹੁਤ ਚੰਗੀ ਆ ਅੱਧੇ-ਅੱਧੇ ਕੰਨ ਮੋੜੇ ਪਏ ਆ ਟਾਪ ਦੇ ਮਾਰਵਾੜੀ ਕੰਨ ਲੱਗਿਆ ਤੇ ਉਮਰ ਇਹਦੀ ਵੀ 4 ਕੁ ਮਹੀਨੇ ਹੋਈ ਆ ਹਜੇ ਤੇ ਇੱਕ ਇਹ ਗਲਡੀ ਚੰਬੀ ਬੱਚੀ ਗਈ ਆ ਜਿਹਨੂੰ ਆਪਾਂ ਪੌਣੀ ਨੁਕਰੀ ਵੀ ਬੋਲ ਦਿੰਦੇ ਆ ਅਧਨਾ ਹੋ ਜਿਆਦਾ ਤਾਂ ਪੌਣੀ ਤਾਂ ਮੰਨਦੇ ਨੁਕਰੀ ਉੱਤੇ ਜਿਆਦਾ ਨੌਕਰੀ ਤੇ ਫਲਕਾਰੀ ਮੰਨਦੇ ਆ ਜਿਵੇਂ ਆਪਾਂ ਉਸ ਹਿਸਾਬ ਨਾਲ ਤੇ ਬਹੁਤ ਥੋੜਾ ਤੇ ਹਾਈਟ ਹੋਈ ਤਾਂ ਬਹੁਤ ਸੋਹਣੀ ਕਰਨ ਵਾਲੀ ਹੈ ਬੱਚੀ ਤੇ ਮਾਲ ਆਪਣਾ ਤਕਰੀਬਨ ਸਾਰੇ ਤਰ੍ਹਾਂ ਦਾ ਹੀ ਆ ਸਾਰੇ ਤਰ੍ਹਾਂ ਦੇ ਜਾਨਵਰ ਬੱਚੀਆਂ ਵੱਡੇ ਜਾਨਵਰ ਮਾਰਵਾੜੀ ਨੀਲੀਆਂ ਮੱਝੂ ਕੇ ਲੈਣਦੇ ਹਨਾ ਚੰਬੀਆਂ ਨੁਕਰਾਂ ਜਾਨਵਰੀ ਫਾਰਮ ਦੇ ਉੱਤੇ ਖੜਾ ਜੀ ਤੇ ਇਸ ਵਿੱਚ ਵੀ ਨੁਕਰੇ ਬੱਚੇ ਹੈਗੇ ਆ ਤੇ ਪਹਿਲਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਹੀ ਦੱਸ ਦਵਾਂ ਵੀ ਜਿੰਨੇ ਵੀ ਜਾਨਵਰ ਆਪਣੇ ਫਾਰਮ ਦੇ ਉੱਤੇ ਹੈ ਜੀ ਸਾਰੇ ਬਾਲਪੋਰੀਆਂ ਵੱਲੋਂ ਪੂਰੀ ਤਰ੍ਹਾਂ ਸਾਫ਼ ਆ ਕਿਸੇ ਦੇ ਕੋਈ ਨੌਕਸ ਨਹੀਂ ਬਾਲਪੋਰੀ ਦਾ ਆ ਦੇਖੋ ਆ ਬੱਚੀ ਗਾਲਡੀ ਚੰਬੀ ਦੀ ਸਪੈਸ਼ਲ ਸਾਈਡ ਤੇ ਤੁਰ ਹੀ ਆਉਂਦੀ ਦੀ ਵੀਡੀਓ ਆ ਮੈਂ ਤਾਂ ਲਾਈ ਆ ਵੀ ਜਦੋਂ ਉੱਤਰ ਦੇ ਜਾਨਵਰ ਮੜਾ ਦੇਖ ਨਹੀਂ ਦਿੰਦਾ ਜਾਨਵਰ ਹਨਾ ਉੱਤਰਦਿਆਂ ਤਾਂ ਬਹੁਤਾ ਨਹੀਂ ਪਤਾ ਚੱਲਦਾ ਜਦੋਂ ਇੱਕ ਵਾਰ ਮੂਟੀ ਨਜ਼ਰ ਵੱਜੇ ਬੰਦੇ ਦੇ ਸਮਝ ਵਿੱਚ ਆ ਜਾਂਦਾ ਉਸ ਤੋਂ ਬਾਅਦ ਫਿਰ ਬੰਦਾ ਜਾਂ ਤਾਂ ਫਾਰਮ ਆ ਕੇ ਦੇਖ ਲੈਂਦਾ ਜਾਂ ਜੇ ਉਹ ਉਹਦੀ ਡਿਟੇਲ ਫੋਨ ਤੇ ਲੈ ਲੈਂਦਾ ਨਹੀਂ ਇਹ ਲਾਲ ਚੰਬੀ ਹੈ ਜੀ ਬਹੁਤ ਛੋਟੀ ਬੱਚੀ ਆ ਤਾਂ 3 ਮਹੀਨਿਆਂ ਦੀ ਤੇ ਇਹ ਦੋ ਬੱਚੇ ਆ ਜੀ ਮੂਰਲੀ ਹੈ ਜਿਹੜੀ ਚੰਬੀ ਬੱਚੀ ਆ 5 ਕਿਲਿਆਂ ਤੇ ਹਾਈਟ ਵਾਕ ਕਰਨ ਵਾਲੀ ਇਹ ਮਾੜੀ ਲੱਤ ਦੀ ਨਲੀ ਵੱਲ ਧਿਆਨ ਮਾਰੋ ਤੇ ਦੂਜੀ ਜਮਾਂ ਸਪੌਟਲੈਸ ਅੰਡੇ ਨਾਲ ਦੀ ੱਚਟੀ ਬੱਚੀ ਆ ਪੱਟਪੁੜਾ ਨੌਕਰੀ ਦਾ ਬਹੁਤ ਸੋਹਣਾ ਜਮਾਂ ਵੀ ਇੱਕ ਵੀ ਪੰਡੇ ਉੱਤੇ ਦਾਗ ਨਹੀਂ ਜੀ ਪੂਰੀ ਤਰ੍ਹਾਂ ਨੇਚਰਲ ਜਿਹਨੂੰ ਆਪਾਂ ਸਪੌਟਲੈਸ ਬੋਲ ਦਿੰਦੇ ਹੁੰਦੇ ਹਨਾ ਉਹ ਬੱਚੀ ਹੈ ਤੇ ਨਾਲ ਦੀ ਬੱਚੀ ਦੇ ਵੀ ਕੁੰਡੀ ਵਾਲਾ ਕੰਨ ਹੈ ਤੇ ਲੱਤ ਲੁੱਤ ਬਹੁਤ ਲੰਮੀਆਂ ਨਲੀ ਤਾਂ ਦੋਨਾਂ ਬੱਚੇ ਸੋਹਣੀਆਂ ਤੇ ਨੌਕਰੀ ਦੀ ਬਾਡੀ ਬੁੱਡੀ ਬਹੁਤ ਜ਼ਿਆਦਾ ਸੋਹਣੀ ਆ ਸੇਕੇ ਦਾ ਦਾਣਾ ਵੀ ਹੈ ਨਹੀਂ ਤੇ ਬਾਕੀ ਮੈਂ ਤੁਹਾਨੂੰ ਨੌਕਰੀ ਬੱਚੀ ਦੀ ਤਾਂ ਸਪੈਸ਼ਲ ਇੱਕ ਵੀਡੀਓ ਵੀ ਅੱਡ ਬਣਾਈ ਹੋਈ ਉਹ ਵੀ ਨਾਲ ਲਾਉਣਾ ਮਾੜਾ ਮਾਰਿਓ ਤੈਨ ਖੜਨੇ ਖੁਰਨੇ ਦੇਖੋ ਦੇਖੋ ਬੱਚੀ ਦੇ ਖੜਨੇ ਖੁਰਨੇ ਬਾ ਕੁਮਾਰ ਉਮਰ ਛੂਟੀ ਹੈ ਪਰ ਖੜਨੇ ਮੂੰਹ ਹਾਂ ਪਹਿਲਾਂ ਹੀ ਦੱਸਦਾ ਚੌਕੜੀ ਹੈ ਜੀ ਬੱਚੀ ਸੈਕਾ ਜਮਾ ਹੀ ਹੈਣੀ ਆਂਡੇ ਨਾਲ ਦੀ ਚਿੱਟੀਆਂ ਦੇਖੋ ਖੜਨੇ ਖੁਰਨੇ ਧੌਣ ਧੁਣ ਕਿਆ ਬਾਤਾਂ ਆ ਨਖਰਾ ਬਹੁਤ ਆ ਕਰੰਟ ਬਹੁਤ ਆ ਇਹਦੀ ਪਾਉਨੇ ਇੱਕ ਅੱਧੇ ਦਿਨ ਦੀ ਵੀਡੀਓ ਪਾਉਨੇ ਬਣੀ ਪਈ ਹੈ ਜੀ ਤੇ ਇਹ ਆ ਜੀ ਪੰਜ ਕਲਿਆਣ ਬੱਚੀ ਕੰਨ ਦੇਖੋ ਇਹਦਾ ਵੀ ਅੱਧੀ ਅੱਧੀ ਖੁੰਡੀ ਮੋੜੀ ਪਈ ਬਹੁਤ ਜ਼ਿਆਦਾ ਸੁੰਦਰ ਕੰਨ ਹੈ ਇਹਦਾ ਉਹ ਮਾਰਵਾੜੀ ਵਾਲਾ ਕੰਨ ਹੈ ਹੀ ਬੱਚੀ ਮਾਰਵਾੜੀ ਆ ਬਾਕੀ ਸਾਰੇ ਜਾਨਵਰ ਚੰਗੇ ਜੀ ਮਾੜਾ ਵੀਡੀਓ ਵਿੱਚ ਤਾਂ ਜਿਵੇਂ ਉੱਤਰਦਾ ਜਾਨਵਰ ਲੰਮੀ ਸਫਰ ਦੀ ਵਜ੍ਹਾ ਨਾਲ ਇੱਕ ਵਾਰ ਤੈਂ ਮਾਰਿਆ ਜਾਂ ਹੋਰ ਹੀ ਲਾ ਕੇ ਤੁਹਾਨੂੰ ਸਾਰਿਆਂ ਦਾ ਇੱਕ ਵਾਰ ਮੋਟੀ ਮੋਟੀ ਝਾਤ ਜ਼ਰੂਰ ਮਰਾਵਾਂਗੇ ਤੇ ਬਾਕੀ ਵੀਡੀਓ ਤਾਂ ਮੇਨ ਜਿਹੜਾ ਜਾਨਵਰ ਦਾ ਅਸਲੀ ਤਾਂ 2-4 ਦਿਨਾਂ ਬਾਅਦ ਪਤਾ ਚੱਲੇਗਾ ਗੰਬੀਰਮੀ ਹੋ ਜਾਂਦੀ ਪਸ਼ੂ ਭੁੱਖੇ ਧਿਆਏ ਬਿਨਾ ਪਾਣੀ ਦਾਣੇ ਹਨ ਪੱਟਿਆਂ ਦੇ ਬਹੁਤ ਲੰਮੀ ਸਫਰ ਤੋਂ ਆਣ ਤੇ ਹੋਈ ਜਾਂਦਾ ਇੱਕ ਵਾਰ ਜਾਨੂ ਆ ਬੇਸ਼ੇਰੀ ਦੋਸਤੋ ਬੈਕੀ ਮੈਂ ਵੀਡੀਓ ਅੱਜ ਦੂਜੇ ਦਿਨ ਪਾਉਣ ਲੱਗਿਆ ਜਾਨ ਬਰਾਈ ਹੋਇਆ ਆਪਣੇ ਜੀ 26 ਦਸੰਬਰ ਦੇ ਤੇ ਵੀਡੀਓ ਅੱਜ 27 ਦਸੰਬਰ ਨੂੰ ਪਾਉਣ 28 ਨੂੰ ਸੌਰੀ 28 ਨੂੰ ਪਾਉਣ ਲੱਗਿਆ 27 ਦਸੰਬਰ ਦੇ ਜਾਨ ਬਰਾਈ ਆ ਜੀ ਇਹਨਾਂ ਦੇ ਲੈ ਤੇ ਇਹ ਬੇਸ਼ੇਰੀ ਆਪਣੇ ਸਾਰਿਆਂ ਤੋਂ ਪਹਿਲਾਂ ਸੇਲ ਹੋਈ ਹੈ ਇੱਕ ਬੇਸ਼ੇਰੀ ਹੋਰ ਤਾਂ ਉਹ ਦੋਨੋਂ ਸੇਲ ਹੋ ਜਾਣੀ ਜੀ ਆਪਣੇ ਜਦੋਂ ਨੂੰ ਤੋਂ ਫੋਨ ਲਾਉਣੇ ਆ ਵੀਡੀਓ ਪਾਉਣ ਤਾਂ ਹੀ ਸੌਦਾ ਚੱਲੀ ਜਾਂਦਾ ਬੱਚੀ ਦਾ ਜਿਹੜੀ ਪਹਿਲੇ ਨੰਬਰ 3 ਦਿਖਾਈਅਤ ਮੱਥੇ ਪਟਾ ਦੋ ਪਰ ਚਿੱਟਿਆਂ ਵਾਲੀ ਤੇ ਆਹ ਦੇਖੋ ਮੱਝੋ ਕੋ ਲੈਣ ਦੀ ਬੇਸ਼ੇਰੀ ਬਹੁਤ ਟੌਪ ਦੀ ਬੇਸ਼ੇਰੀ ਹੈ ਮੇਰਾ ਅਸਤਰੀਓ ਕਰੰਟ ਬਹੁਤ ਆ ਬੱਚੀ ਦੀ ਬਾਕੀ ਰੰਗ ਰੂੰਗ ਬਹੁਤ ਸੋਹਣਾ ਆਮ ਤੌਰ ਤੇ ਆਪਾਂ ਨੀਲੀਆਂ ਜਾਂ ਦੇਖਦੇ ਆਂ ਬਾਲ ਬੁੱਲ ਜਾਂਦਾ ਚਿੱਟੇ ਆ ਜਾਂਦੇ ਜਾਂ ਕਾਲੇ ਆ ਜਾਂਦੇ ਹਨਾ ਇਹਦਾ ਰੰਗ ਵੀ ਉਹੀ ਦਾ ਤੇ ਬੱਚੀ ਦੇ ਧੌਣ ਦੇ ਬਾਲ ਵੀ ਉਹੀ ਜੇ ਆ ਦੋ ਪਰ ਚਿੱਟੇ ਆ ਪਰ ਹੱਲੇ ਮੱਥੇ ਪਟਾ ਹੀ ਬੱਚੀ ਦੇ ਬਣਾवट ਬਨੂਟ ਬਹੁਤ ਸੋਹਣੀ ਹੈ ਮੂਹਰਾਂ ਲੈ ਕੇ ਮਗਰ ਤਾਂ ਹੀ ਸੇਮ ਪਈਆ ਪਲੀ ਪੁਲੀ ਸੋਹਣੀ ਹੋਈ ਆ ਧੌਣ ਤੋਂ ਬਹੁਤ ਜ਼ਿਆਦਾ ਬਰੀਕ ਹੈ ਜੀ ਖਾਨ ਕੰਡੀਸ਼ਨ ਦੇਖੋ ਬੱਚੀ ਜਾਨਵਰ ਦਾ ਪਤਾ ਬਾਅਦ ਚ ਜਲਦਾ ਉੱਤਰ ਤੇ ਜਾਨਵਰ ਦਾ ਬਾਲਾ ਨਹੀਂ ਜੱਜਮੈਂਟ ਆਉਂਦੀ ਤੇ ਨਵੀਂ ਉਮਰ ਦੀ ਬੱਚੀ ਹੈ ਜੇ ਛੋਟੀ ਉਮਰ ਹੈ ਬੱਚੀ ਦੀ ਰੰਗ ਬਹੁਤ ਸੋਹਣਾ ਨੀਲਾ ਬਾਕੀ ਜੇ ਨਿਮਾਈ ਨੂੰ ਜਾਵੇ ਉਹੀ ਚਮਕਾ ਮਾਰੂ ਤੋਂ ਤੁੰ ਦੇ ਕੋ ਕੰਡੋ ਕੰਡੋ ਸੋਹਣਾ ਤੁੰ ਤੁੰ ਬਹੁਤ ਲੰਮੀ ਆ ਕੰਨਾਂ ਦੀ ਸੁਨੱਖੀ ਆ ਕੁੰਡੀ ਵਾਲਾ ਕੰਨ ਆ ਜੀ ਤੇ ਪੈਠ ਪੁੜਾ ਸੋਹਣਾ ਬਾਕੀ ਬਾਲ ਪੋਰੀਆਂ ਤੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਤੇ ਵੀਡੀਓ ਨਾਲ ਜੁੜੇ ਰਹੋ ਆਈ ਨਹੀਂ ਹਜੇ ਜਾਨਵਰ ਹੋਰ ਵੀ ਪਏ ਵੱਡੇ ਜਾਨਵਰ ਤਾਂ ਸਾਰੇ ਹੀ ਰਹਿੰਦੇ ਆ ਆ ਚਾਰ ਦੇਖੋ ਇਹਨਾਂ ਵਿੱਚ ਨੀਲੀ ਦਾ ਇਹ ਬਿਸ਼ੇਰੀ 17 ਮਹੀਨਿਆਂ ਦੀ ਹੋਈ ਐ 60 ਇੰਚ ਹੋਈ ਪਈ ਆ ਘੂੜੀਆਂ ਦੇ ਬਰਾਬਰ ਹੀ ਪਹੁੰਚੀ ਪਈ ਆ ਤੇ ਪਹਿਲਾਂ ਆਪਾਂ ਲਾਈ ਨੀਲੀ ਬਿਸ਼ੇਰੀ ਲਈਏ ਸਤਾਰਾ ਮੀਨਰੀਆ ਬੱਚੀ ਪਿੱਠਪੁੜਾ ਦੇਖੋ ਘੋੜੀ ਬਣੀ ਪਈ ਆ ਬਾਡੀ ਬੰਤ ਨਕੰਦਾ ਜਿਵੇਂ ਜਦੋਂ ਤੁਸੀਂ ਪਹੁੰਚੇ ਨਾ ਫਾਰਮ ਤੇ ਤੁਹਾਨੂੰ ਦੰਦਾਂ ਤੋਂ ਜੱਜਮੈਂਟ ਆ ਜਾਣੀ ਆ ਮੱਥੇ ਪਟਾਏ ਇਸਦੇ ਵੀ ਦੂ ਪੈਰੀ ਆ ਇਹਦੇ ਚਿੱਟਿਆ ਖੜਨੀ ਖੁਰਨੀ ਇਹਦੀ ਦੂਜੀ ਬੱਚੀ ਨਾਲ ਵੀ ਜ਼ਿਆਦਾ ਚੰਗੇ ਆ ਤੇ ਹਾਈਟ ਹੋਈਟ ਉਹਦੇ ਨਾਲ ਉਮਰ ਵੀ ਥੋੜੀ ਜ਼ਿਆਦਾ ਉਹਦੇ ਨਾਲ 17 ਮਹੀਨੇ ਐ ਇਸਦੀ ਤੇ ਹਾਈਟ ਹੋਈਟ ਵੀ ਉਹਦੇ ਨਾਲ ਜ਼ਿਆਦਾ ਦੇਖੋ ਘੋੜੀ ਬਣੀ ਪਈ ਆ ਬਾਕੀ ਇਹਦੀ ਫੂਟਾ ਫੂਟਾ ਲਾਉਂਦੇ ਆ ਤੁਹਾਡੇ ਸਾਹਮਣੇ ਦੇਖੋ ਇਸ ਵਿੱਚ ਫੁੱਟ ਵਿੱਚ ਸਾਰੀ ਧੌਣ ਧੌਣ ਦੀ ਲੰਬਾਈ ਖੰਡ ਧੌਣ ਦਾ ਪੈਠ ਪੁੜਾ ਸਾਰੇ ਤੁਹਾਨੂੰ ਦੇਖ ਜਾਣਾ ਬੇਲਬੂਲ ਵੀ ਸੋਹਣੀ ਆ ਬਾਕੀ ਇਹ ਵੀਡੀਓ ਲਾਤੀ ਤੁਹਾਡੇ ਸਾਹਮਣੇ ਦੇਖੋ ਕੰਨ ਕੰਡੀਸ਼ਨ ਦੀ ਵੀ ਸੁਨੱਖੀ ਆ ਘੋੜੀ ਮੱਥੇ ਪਟਾ ਵੀ ਪਤਲਾ ਐ ਆ ਜਿਹੜੀ ਤੀਜਾ ਨਾ ਮੱਝ ਕੋ ਲੈਣ ਜਾਂ ਆ ਕੋ ਬਸ਼ੇਰੀ ਹੋਈ ਨਾ ਚਾਹੇ ਨੋਕਰਾ ਬੱਚਾ ਲੈ ਲਓ ਚਾਹੇ ਲੈ ਲਓ ਮਾਰવાડી ਤੇ ਚਾਹੇ ਲੈ ਲਓ ਨੀਲਾ ਸਾਰੇ ਤਰ੍ਹਾਂ ਦੇ ਬੱਚੇ ਹੀ ਦੇ ਜਾਂਦੀ ਆ ਤੇ ਦੇਖੋ ਬੱਚੀ ਬੁੱੱਚੀ ਦਾ ਨਖਰਾ ਨੋਖਰਾ ਘਰਾਂਟਾ ਸੋਹਣਾ ਬੱਚੀ ਚ ਜਰੂਰ ਆਪਾਂ 14-15 ਇਸ ਵਿੱਚ ਲਾ ਲਏ ਨੇ ਜੀ ਆਹ ਗੱਡੀ ਜੀ ਤੇ ਦੂਜੇ ਜਾਨਵਰ ਫਾਰਮ ਉੱਤੇ ਵੀ ਆਪਣੇ ਹੋਰ 30-35 ਪਹਿਲਾਂ ਖੜੇ ਆ ਜਾਨਵਰ ਹੁਣ ਲਾਉਨੇ ਆਪਾਂ ਚੰਬੀ ਘੋੜੀ ਜੀ ਇਸ ਦੇ ਚਾਰੇ ਪੈਰ ਚਟੇ ਤੇ ਮੱਥੇ ਪਟਾ ਜੀ ਤੇ ਇਹ ਘੋੜੀ ਦੋਸਤੋ ਮੀਟ ਵੀ ਹੋਈ ਹੋਈ ਆ میٹ ہوئی دا میں ਤੁਹਾਨੂੰ ਸਹੀ ਟਾਈਮ ਪੋਸਟ ਵੀ ਦੱਸ ਦੂੰ ਮੇਟ ਹੋਈ ਹੋਈ ਆ ਤੇ ਬਾਲੇ ਜਾਨਵਰ ਵਿੱਚ ਜਿਵੇਂ ਤੁਹਾਨੂੰ ਪਤਾ ਜਦੋਂ ਨਵੇਂ ਜਾਨਵਰ ਆਏ ਬਹੁਤੇ ਚੀਤਾ ਨਹੀਂ ਰਹਿੰਦਾ ਜੀ কনਫਿਊਜ਼ਨ ਹੋ ਜਾਂਦੀ ਆ ਘੋੜੀਆਂ ਤਿੰਨ ਹੀ ਮੇਟ ਆ ਇੱਕ 5 ਮਹੀਨਿਆਂ ਦੀ ਮੇਟ ਆ ਜਿਹੜੀਆਂ ਰਹਿੰਦੀਆਂ ਇੱਕ ਨੂੰ 9 ਮਹੀਨਾ ਸਵਾ ਮਹੀਨਾ ਹੋਇਆ ਤੇ ਇੱਕ ਨੂੰ ਹਜੇ 20 ਵਜ ਦਿਨ ਹੋਈ ਹੈ ਜੀ ਦੇਖੋ ਆ ਘੋੜੀ ਚ ਨਖਰਾ ਨੂੰ ਕਰੰਟ ਬਹੁਤ ਤੇ ਇੱਕ ਚੀਜ਼ ਇਹਦੀ ਹੋਰ ਤਾਂ ਨੱਚਦੀ ਵੀ ਆ ਸਵਾਰੀ ਦੀ ਬਰੀ ਵੀ ਚਾਲੀ ਬਹੁਤ ਸੋਹਣਾ ਤੁਰਦੀ ਸਵਾਰੀ ਸੂਰੀ ਦੀ پاس ਤੇ ਆ ਹੁਣ ਲਾਵਾ ਮਾਰਵਾੜੀ ਘੋੜੀ ਜਿਹੜੀ ਆ ਮਾਰਵਾੜੀ ਘੋੜੀ ਆ ਬਹੁਤ ਰੇਅਰ ਮਿਲਦੀ ਆ ਇਦਾਂ ਦੀ ਜੋ ਇਸ ਦੀ ਮਾਰਕਿੰਗ ਨੇ ਬੰਦੇ ਪੈਸੇ ਲੈ ਕੇ ਪਿੱਛੇ ਤੁਰੇ ਫਿਰਦੇ ਪਰ ਇਦਾਂ ਦੀ ਮਾਰਕਿੰਗ ਵਾਲੀ ਘੋੜੀ ਬਹੁਤ ਘੱਟ ਮਿਲਦੀ ਆ ਮੱਥੇ ਇਹਦੇ ਫੁੱਲ ਆ ਤੇ ਮੂਰਲੇ ਦੋ ਪੈਰ ਚਿੱਟੇ ਜਿਹਨੂੰ ਆਪਾਂ ਲక్ష్ਮੀ ਕਰਮ ਵੀ ਬੋਲ ਦਿੰਨੇ ਆ ਤੇ ਲక్ష్ਮੀ ਬੋਲ ਦਿੰਦੇ ਹਨਾ ਇਹਦੇ ਮੂਰਲੇ ਦੋ ਪੈਰ ਚਿੱਟੇ ਆ ਮੱਥੇ ਫੁੱਲ ਆ ਦੂਜੀ ਸਾਰੀ ਬਲੈਕ ਆ ਤੇ ਇਹ ਮੇਟ ਹੋਈ ਨੂੰ ਇਹਨੂੰ 5-6 ਮਹੀਨੇ ਹੋਏ ਹੋਏ ਆ ਜੀ ਚੈੱਕ ਕਰਉਣੀ ਆਪਾਂ ਇੱਕ ਅੱਧੇ ਦਿਨ ਚ ਡਾਕਟਰ ਆਉ ਤੇ ਜਦੋਂ ਕਨਫਰਮ ਹੋ ਗਈ ਜਿੱਦਾਂ ਵੀ ਹੋਇਆ ਉਦਾਂ ਤੁਹਾਡੇ ਨਾਲ ਇਹਦੀ ਸਪੈਸ਼ਲ ਵੀਡੀਓ ਬਣਾ ਤੇ ਇਹਦੇ ਮੱਥੇ ਪਟਾ ਤਿੰਨ ਪਰ ਚਿੱਟੇ ਤੇ ਬਾਡਾ ਬਹੁਤ ਵੱਡਾ ਜੀ ਇਹਦਾ ਹਾਈਟ ਤਾਂ ਹੈਗੀ 61 ਇੰਚ ਪਰ ਬੈੱਡ ਵੱਡਾ ਨਾ ਜੋ ਘੂੜਿਆਂ ਵਾਲਾ ਹੀ ਲੱਗਿਆ ਪਿੱਠ ਪੂੜਾ ਦੇਖੋ ਰਾਸਤੇ ਵਿੱਚ ਥੋੜੀ ਜੀ ਐਸਦੀ ਬਿਸ਼ੇਰੀ ਨੇ ਪੂਸ ਤੇ ਮੰਨ ਲਓ ਦੰਦੀ ਦੰਦੀ ਵੱਢ ਕੇ ਬਾਲ ਬੋਲ ਥੋੜੇ ਖਾਦੇ ਹੋਇਆ ਤੇ ਪਰ ਪੈਟ ਬਾਡੀ ਬਹੁਤ ਸੋਹਣੀ ਆ ਤੇ ਇਸ ਨੂੰ ਮੇਟ ਹੋਈ ਨੂੰ ਹੋਇਆ ਜੀ 23 24 ਦਿਨ ਦੇ ਆਸ-ਪਾਸ ਮਾਰવાડી ਕੁੜੀ ਤੇ ਉੱਧਰ ਮੇਟ ਹੋਈ ਹੋਈ ਆ ਮੱਥੇ ਪਟਾ ਤਿੰਨ ਪੈਰ ਚਟਿਆ ਦੇਖੋ ਮੂਰੇ ਲక్ష్ਮੀ ਕਰਮ ਤੁੜਿਓਂ ਦੇ ਧੌਣ ਤੋਂ ਦੇਖੋ ਕਿੰਨੇ ਬਰੀਕ ਹੈ ਦੀਵਾਨ ਲੱਗੀ ਹੋਈ ਹੈ ਕੁੜੀ ਦੇ ਤੇ ਇਹ ਮੱਥੇ ਪਟਾ ਤਿੰਨ ਪੈਰ ਚਟਿਆਂ ਵਾਲੀ ਹੈ ਜੀ ਪਨ ਕੰਡੀਸ਼ਨ ਐਦੀ ਸੋਹਣੀ ਆ ਪੈਟ ਬਾਡੀ ਸੋਹਣੀ ਆ ਇੱਕ ਵਾਰ ਤੁਹਾਨੂੰ ਮੋٹے ਮੋٹے ਜਾਨਵਰਾਂ ਦੀ ਬੰਨਿਆ ਹੋਈਆਂ ਦੀ ਝਾਟ ਝਾਤ ਮਰਾ ਦਈਏ ਮਾਰਵਾੜੀ ਬਸ਼ੀਰੀਆਂ ਚੰਬੀਆਂ ਬਸ਼ੀਰੀਆਂ ਨੁਕਰੀਆਂ ਬਸ਼ੀਰੀਆਂ ਪਹਿਲਾਂ ਵੀ ਆਪਣੇ ਕੋਲ ਖੜੀਆਂ ਹੋਰ ਜੀ ਜਿਉਂ ਗਾਲੜੀ ਚੰਬੀ ਨੁਕਰੀਆ ਮਾਰਵਾੜੀ ਹੋਈ ਨੁਕਰੀਆਂ ਘੋੜੀਆਂ ਹੋਈਆਂ ਜੀ ਨੀਲੀ ਘੋੜੀ ਮਾਰਵਾੜੀ ਬਸ਼ੀਰੀਆਂ ਖੜੀਆਂ ਤੇ ਆ ਚੰਬੀ ਘੋੜੀ ਹੈ ਜੀ ਜਿਹੜੀ 8 ਮਹੀਨੇ ਗੱਬਣ ਧੌਣ ਤੋਂ ਬਹੁਤ ਬਰੀਕ ਹੈ ਦੀ ਲੰਬੀ ਧੌਣ ਆ ਕੁੰਡੀ ਵਾਲਾ ਕੰਨਾ ਬਾਕੀ 8 ਮਹੀਨੇ ਗੱਬਣ ਆ ਨਾ ਲਾਟਰੀ ਵਾਲਾ ਸਿਸਟਮ ਹੈ ਫੂ ਦੋਸਤੋ ਜਾਨਵਰ ਮੋٹے ਮੋٹے ਤੁਹਾਨੂੰ ਦਿਖਾਤੇ ਆਡ ਅਡ ਅਡ ਨੇ ਵੀਡੀਓ ਪਾਈ ਚੱਲੇ ਹਨ ਤਕਰੀਬਨ ਜਾਨਵਰ ਆਪਣੇ ਫਾਰਮ ਤੇ 40 45 ਜਾਨਵਰ ਖੜੇ ਆ ਤੇ ਜਿਹੜਾ ਵੀ ਕਿਸ ਦੇ ਫਿੱਟ ਆਉਂਦਾ ਹੋਇਆ ਹਨ ਤੇ ਉਹ ਦਾ ਸਕਰੀਨ ਸ਼ਾਟ ਲੈ ਲਿਓ ਤੇ ਆਪਾਂ ਨੰਬਰ ਤੁਹਾਨੂੰ ਜ਼ਿਆਦਾਤਰ ਵੀਡੀਓ ਜਿਹੜੇ ਆਪਣੇ ਵੀਰ ਪ੍ਰਾਨੇ ਦੇਖਦੇ ਨੰਬਰ ਪਤਾ ਹੀ ਹੈ ਤੇ ਨੰਬਰ ਆਪਾਂ ਲਾਸਟ ਤੇ ਵੀ ਦੇ ਦੇਣਾ ਆਪਣਾ 98555 99017 ਨੰਬਰ ਜਿਹੜਾ ਵੀ ਜਾਨਵਰ ਫਿੱਟ ਹੋਇਆ ਉਹਦੀ ਡਿਟੇਲ ਲੈ ਲਿਓ ਤੇ ਮਿਲਦੇ ਆਂ ਜਲਦੀ ਨਵੀਂ ਵੀਡੀਓ ਨਾਲ ਤੇ ਵੀਡੀਓ ਚੱਲਦੀ ਚੱਲਦੀ ਸ਼ੇਅਰ ਜ਼ਰੂਰ ਕਰਦੇ ਤੇ ਲਾਈਕ ਕਮੈਂਟ ਜ਼ਰੂਰ